करके एक ब्लू लेक बड़ी मशहूर है तो एक सिंक होल गार्डन है। वैसे कई ने पर मशहूर शायद एक जोड़ा वो खासा मशहूर है। तो हम असं पहला सोचा कि असं ब्लू लेक जाके आईए क्योंकि हो सकता भी उदों तक डे लाइट जी डाउन हो जाए क्योंकि ऑलरेडी शाम के 3:30 हो चुके हैं। सर्दियों के दिन भी छेती छुप जाता तो असं रिस्क भी लेना चाहते कोई भी, इस करके पहला असं लेक देखा, उस तो बाद सिंक होल गार्डन देखा। उत्थे कुछ अज शो भी आ, लाइटिंग शो आ, कोई वह आखिरी दिन आज ये भी सूँ पता लगा क्योंकि असं नैट देखते पे सूँ उदो पता लगा। जे तो सारा कुछ ठीक करे हो सकता वो लाइट शो भी देखिए तो थानू भी दिखावे जो असं गए तो जरूर। चलो मिलते हैं अपनी अगली लोकेशन के उत्ते। इतने पहुंचे हाँ मटन लेक क्रेटर, सारा क्रेटर है। इत्थे पहला ज्वालामुखी सीगे कहिंदे 4500 साल पहला, वह एक्सटेंट हो गए हुण तां मतलब एक्टिव वोल्केनो नहीं रहे हैगे, पर उहदे निशान जिहड़े आ इह बचे आ, क्रेटर बन गए उहदी जगह ते। उस करके इत्थे जिहड़ियां लेक्स बन गईआं काफ़ी वधिया। आह सोहणा बणिआ है ना सामने, इन्होंने अंडरपास बनाया लेक आले पासे जाण लई, उपर साडे सड़क आ, कहिंदे कोई किसी तरीके का ज्यादा नुकसान ना हो, इस करके उन्होंने अंडरपास कढ़ दिता। इतों तो सामने सानू लेक दिखाई देगी तो असीं इहनूं निकल के बाहर जावांगे। कहिंदे जमा ही नीले रंग की लेक आ, इस करके इहदा नाम भी ब्लू लेक रख्या होया उन्होंने। लो जी क्या झाका मिलता इत्थे, कुछ जानकारी जिहड़ी इत्थे दित्ती गई है लेक बारे, क्योंकि सारा पानी जिहड़ा माउंट गैंबियर शहर का वो इस लेक तो जाता। ये भी दस्या रहने कि पिछले 25 सालों यदा जो पानी का लैवल आ 2 मीटर तक घट गया है, और यदि पानी की क्वालिटी जी बहुत ही ज़्यादा वधिया आ, पर हुण ये प्रदूषित होंदी जा रही है तो ये रंग ना भी वह फर्क पिया अगे नालों। जिन्नी क नीली थानू नज़र आ रही है ये इस तो भी ज़्यादा सुरख नीली हो जाती है जदों हर साल नवंबर के हुंदा कुछ कोई फिनोमिना हुंदा इत्थे चेंज हो जाता है, तो दोबारा फिर मार्च महीने के लग गया कि दोबारा हल्का नीला हो जाता या ग्रे हो जाता। अंधविश्वासी तो गोरे भी हुंदे आ, आ देखो इत्थे लॉक बन के जाते आ, विश मंग के जाते आ, तुसीं कई थां देखिया होना करदे ने, ताले लियांदे ने अपने ते इत्थे ला के ते कोई विश मंग के जाते आ।
ਭਰਿਆ ਪਿਆ, ਪੂਰੀ ਰੇਲਿੰਗ ਭਰੀ ਪਈ ਹੈ। ਇਹ ਲੇਕ ਵੀ ਜਿਹੜੀ ਆ ਜਵਾਲਾਮੁਖੀ ਫਟਣ ਕਾਰਨ ਹੀ ਬਣੀ ਆ ਇੱਥੇ, ਉਹਦੇ ਕਾਰਨ ਇੱਥੇ ਕ੍ਰੇਟਰ ਬਣਿਆ ਜਿਹੜਾ ਕਿ ਓਵਰ ਦਾ ਟਾਈਮ ਲੇਕ ਦੇ ਵਿੱਚ ਬਦਲ ਗਿਆ। ਬਹੁਤ ਹੀ ਸੋਹਣੀ ਲੇਕ ਆ। ਇੱਕ ਹੋਰ ਕਿਲੇ ਵਰਗਾ ਕੁਛ ਬਣਿਆ ਇੱਥੇ, ਉੱਪਰ ਜਾ ਕੇ ਦੇਖਦੇ ਹਾਂ ਕੀ ਆ ਇਹ। ਕਾਫੀ ਪੁਰਾਣੀਆਂ ਇੱਟਾਂ ਨਾਲ, ਪੱਥਰਾਂ ਦੀਆਂ ਪੱਥਰਾਂ ਨਾਲ ਬਣਿਆ ਹੋਇਆ। ਇਹ ਟ੍ਰੇਲ ਹੈ, ਨਿਊ ਲੇਕ ਟ੍ਰੇਲ। ਇੱਥੋਂ ਇੱਕ ਨਜ਼ਾਰਾ ਮਿਲਦਾ ਪੂਰੇ ਸ਼ਹਿਰ ਦਾ। ਉਹ ਅਸੀਂ ਇੱਧਰ ਗੱਡੀ ਪਾਰਕ 'ਤੇ ਲਈ ਆ, ਇਧਰੋਂ ਤੁਸੀਂ ਦੁਬਾਰਾ ਲੇਕ ਦੇਖ ਸਕਦੇ ਆ। ਬਹੁਤ ਹੀ ਪੁਰਾਣਾ ਬਣਿਆ। ਇੱਕ ਟ੍ਰੇਲ ਲੱਭੀ ਸਾਨੂੰ, ਪੌੜੀਆਂ ਬਣੀਆਂ, ਹੋਰ ਉਚਾਈ ਤੇ ਲੈ ਕੇ ਜਾ ਰਹੀ ਆ। ਖਾਸੀਆਂ ਪੌੜੀਆਂ, ਉੱਪਰ ਤੱਕ ਪੌੜੀਆਂ ਪੌੜੀਆਂ ਨਜ਼ਰ ਆ ਰਹੀਆਂ ਸਾਨੂੰ। ਚਲੋ ਜਾ ਕੇ ਦੇਖਦੇ ਹੁਣ ਉੱਪਰ ਜੇ ਆਈ ਗਏ ਤਾਂ। ਉੱਪਰ ਚੜ੍ਹ ਕੇ ਅਤੇ ਆਹ ਇੱਕ ਨਜ਼ਰ ਆਈ ਸਾਨੂੰ ਚੀਜ਼, ਇਹ ਆ ਪੰਪਿੰਗ ਸਟੇਸ਼ਨ ਆ ਉਸ ਲੇਕ ਦਾ ਜਿਹੜੀ ਸਾਹਮਣੇ ਆ। ਉਹਦਾ ਪਾਣੀ ਜਿਹੜਾ ਇਹ ਮੋਟਰਾਂ ਰਾਹੀਂ ਇੱਥੇ ਤੱਕ ਲੈ ਕੇ ਆਉਂਦੇ ਆ, ਫਿਰ ਗਾਹਾਂ ਇਹ ਤੋਂ ਅੱਗੇ ਹੋਰ ਪੰਪ ਕਰਦੇ ਆ ਇਹਨੂੰ, ਅਤੇ ਇਹਦੀ ਸਪਲਾਈ ਜਿਹੜੀ ਆ ਸਾਰੇ ਸ਼ਹਿਰ ਨੂੰ ਮਿਲਦੀ ਆ। ਇੱਥੇ ਡਾਇਗਰਾਮ ਵੀ ਉਹਨਾਂ ਨੇ ਬਣਾ ਰੱਖਿਆ ਵੀ ਇਹ ਸਾਰਾ ਕੁਛ ਕਿਵੇਂ ਕੰਮ ਕਰਦਾ। ਪਹਿਲਾਂ ਉਹ ਲੇਕ ਤੋਂ ਚੱਕ ਕੇ ਪਾਣੀ ਇੱਥੇ ਤੱਕ ਆਉਂਦਾ, ਫਿਰ ਗਾਹਾਂ ਸਟੋਰੇਜ ਟੈਂਕ ਤੱਕ ਜਾਂਦਾ, ਫਿਰ ਉਸ ਤੋਂ ਅੱਗੇ ਕਹਿੰਦੇ 40% ਪਾਣੀ ਦੀ ਸਪਲਾਈ ਇੱਥੇ ਦੀ ਅਤੇ ਆਲੇ ਦੁਆਲੇ ਜਿਹੜੇ ਹੋਰ ਛੋਟੇ ਛੋਟੇ ਸ਼ਹਿਰ ਆ ਉੱਥੇ ਦੀ ਉਹਨਾਂ ਤੱਕ ਪਹੁੰਚਦਾ ਕਰਦੇ ਆ। ਟੋਪ ਤੋਂ ਕੁਛ ਇਹੋ ਜਿਹਾ ਨਜ਼ਾਰਾ ਲੇਕ ਦਾ। ਅਸੀਂ ਡਰੋਨ ਵੀ ਉਡਾਉਣ ਦੀ ਕੋਸ਼ਿਸ਼ ਕਰਦੇ ਹਾਂ, ਇੱਥੇ ਡਰੋਨ ਦਾ ਵੀ ਇੱਕ ਅੱਧਾ ਸ਼ੋਟ ਲੈਂਦੇ ਹਾਂ। ਮੇਰੇ ਖਿਆਲ ਨਾਲ ਕੋਈ ਤਾਂ ਬੋਰਡ ਤਾਂ ਨਹੀਂ ਲੱਗਾ ਵੀ ਡਰੋਨ ਮਨਾ ਆ ਜਾਂ ਕੁਛ, ਸੋ ਮੇਰੇ ਖਿਆਲ ਨਾਲ ਉਡਾਈ ਸਕਦੇ ਹਾਂ। ਚਲੋ ਥੱਲੇ ਵੱਲ ਨੂੰ ਚੱਲਦੇ ਦੁਬਾਰਾ। ਉਸੀ ਲੇਕ ਦੇ ਦੂਜੇ ਪਾਸੇ ਇੱਕ ਪਾਰਕ ਬਣੀ ਹੈ, ਅਸੀਂ ਉੱਧਰ ਦੀ ਜਾ ਰਹੇ ਹਾਂ। ਇਹ ਰਸਤਾ ਸਿੱਧਾ ਲੇਕ ਵੱਲ ਜਾ ਰਿਹਾ। ਮੋਸਟਲੀ ਜਿਹੜੀਆਂ ਇਹਦੀਆਂ ਫੋਟੋਆਂ ਤੁਸੀਂ ਨੈੱਟ 'ਤੇ ਦੇਖਦੇ ਹਾਂ ਉਹ ਇਸੇ ਰਸਤੇ ਥਾਣੀ ਜਾ ਕੇ ਲੋਕ ਖਿਚਾਉਂਦੇ ਆ ਉੱਧਰ ਜਾ ਕੇ। ਇਸ ਸ਼ਹਿਰ 'ਚ ਬਹੁਤ ਸਾਰੇ ਸਿੰਕ ਹੋਲ ਬਣੇ ਹੋਏ ਆ, ਮਤਲਬ ਕਾਫੀ ਸਾਰੇ ਆ, ਪਰ ਕੁਛ ਕੁ ਜਿਹੜੇ ਉਹ ਬੜੇ ਫੇਮਸ ਆ, ਕੁਛ ਆਪਣੇ ਲੇਕਸ ਕਰਕੇ, ਪਾਣੀ ਕਰਕੇ, ਅਤੇ ਕੁਛ ਕੁ ਸਿੰਕ ਹੋਲਸ 'ਚ ਨਾ ਮਤਲਬ ਬਹੁਤ ਸੋਹਣੇ ਸੋਹਣੇ ਪੇੜ ਪੌਦੇ ਉੱਗ ਗਏ ਨੈਚੁਰਲੀ, ਅਤੇ ਇਹਨਾਂ ਨੇ ਮੇਨਟੇਨ ਕਰਕੇ ਉਹਨਾਂ ਨੂੰ ਗਾਰਡਨ ਬਣਾਇਆ ਹੋਇਆ। ਇੱਦਾਂ ਦੇ ਹੀ ਇੱਕ ਸਿੰਕ ਹੋਲ 'ਤੇ ਅਸੀਂ ਪਹੁੰਚੇ ਹਾਂ। ਐਂਟਰੀ ਕੁਛ ਇਹੋ ਜਿਹੀ ਆ। ਪਾਰਕ ਬਹੁਤ ਸੋਹਣੀ ਬਣਾਈ ਆ ਅਤੇ ਵੈਲ ਮੇਨਟੇਨਡ ਪਾਰਕ ਆ। ਘਾਹ ਕੋਈ ਪੂਰਾ ਵੱਢ ਕੇ ਰੱਖਿਆ ਹੋਇਆ, ਕੋਈ ਗੰਦ ਨਹੀਂ ਹੈਗਾ। ਅਤੇ ਹੌਲੀ ਹੌਲੀ ਅਸੀਂ ਸਿੰਕ ਹੋਲ ਵੱਲ ਨੂੰ ਵੱਧ ਰਹੇ ਹਾਂ। ਉਹ ਸਾਹਮਣੇ ਜਿਹੜੀ ਤੁਹਾਨੂੰ ਕੰਧ ਨਜ਼ਰ ਆ ਰਹੀ ਆ, ਇਹ ਤੋਂ ਪਰਲੇ ਪਾਸੇ ਗਾਰਡਨ ਹੈ, ਅਤੇ ਇੱਧਰੋਂ ਸ਼ਾਇਦ ਐਂਟਰੀ ਦਾ ਰਸਤਾ ਆ। ਹਰਸਟਨ ਸਿੰਕ ਹੋਲ ਇਹਦਾ ਨਾਂ ਆ। ਇਹਦਾ ਪਹਿਲਾ ਵਿਊ ਜਿਹੜਾ ਐਂਟਰ ਕਰਦੇ ਸਾਰ ਤੁਹਾਨੂੰ ਦਿਖਾਈ ਦਊਗਾ, ਉਹ ਕੁਛ ਇਸ ਤਰ੍ਹਾਂ ਘੁੰਮਣ ਘੇਰੀ ਜਿਹੀ ਬਣਾਈ ਹੋਈ ਆ। ਸੂਰਜ ਬਹੁਤ ਤੇਜ਼ ਆ,
सोहना बनया हो हले तक तो इधर ना सूरज थोड़ा डाउन आ तो हम थानू दिखाने उपरों लैके थले तक जिथे जिथे नज़र जा रही है बहुत सोहने सोहने बूटे बहुत सोहना बना के रखा हुआ है। इस क्रिएटर का बहुत सोहना इस्तेमाल किया गया थले भी जावे आप इतने के जानवर मिलता पौसम वह सामने बेचारा बैठा खाई जाता शलारू ना हाँ भाई कमें पहाड़ कटिया हुआ अपने आप ही क्रेटर बनया तो साइडा तो पत्थर ये लावे नाल बनया हुआ सारा जो इतने एक्टिव वोल्केनो सीगा उपरों पानी भी टिपकी जाता थोड़ा थोड़ा उच्चे उच्चे ब्रेक उपरों पानी थले उन्होंने झरने के रूप से छड़िया हुआ करता 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 थले तक जा रहा है सारे पौद्या सारी वेजिटेशन पानी मिल रहा इतों तो सारे पत्थर जिन्हें भी है उपर यह सब लाइम स्टोन किवें ज्वालामुखी फटन तो बाद बनया 20 फुट मोटी तह बन गई यदि धरती तो उपर तक आखो कुदरत की कारीगरी का नमूना अवेल थल्यों शुरू हो के अपने आप पहाड़ ना ला के उपर न हो गई कोई सपोर्ट नहीं लगी हुई हैगी बस जितों जितों उन्होंने थान मिली गई पत्थर के बेच दी नाल उपर न बढ़ गई एक पौसम फिर तो नज़र आ गया ये जानवर बहुत दाज च पाया जाता इतने दरख्त के बोर्ड लग्या भी इतने मखील बहुत आ और एक्टिव मखील आते कहते बच के रहो क्योंकि बहुत सारे फुल बूटे लगे हुए तो यह नैचुरली गल आ जिथे फुल बूटे होणगे उत्थे मक्खियां मखील ये तो होणगे एक चक्का होर इधरों मिलेगा इस पूरे गार्डन का सोहनी चीज़ बनी है बहुत सोहना इकोसिस्टम इन्होंने अपना बचा के रखा हुआ इत्थे और वधिया हुंगारा मिलता इत्थे दी टूरिज़म इंडस्ट्री नूं इहो जी चीज़ा दे नाल तो असीं कल दे चले हुए सी ते लगभग 1700 किलोमीटर गड्डी चला चुके हैं
ਵੱਖ ਵੱਖ ਥਾਵਾਂ ਤੋਂ ਹੁੰਦੇ ਹੋਏ ਮਾਊਂਟ ਗੈਂਬੀਅਰ ਪਹੁੰਚੇ ਸੀਗੇ ਅਤੇ ਇੱਥੇ ਕੁਛ ਕੁ ਥਾਵਾਂ ਦੇਖ ਲਈਆਂ ਨੇ। ਹੌਲੀ ਹੌਲੀ ਹਨੇਰਾ ਹੋਣਾ ਵੀ ਸ਼ੁਰੂ ਹੋ ਗਿਆ ਅਤੇ ਹੁਣ ਸਲਾਹ ਬਣੀ ਆ ਵੀ ਅਸੀਂ ਵਾਪਸ ਨਿਕਲੀਏ ਅਤੇ ਰਸਤੇ 'ਚ ਇੱਕ ਸ਼ਹਿਰ ਆਉਂਦਾ ਨਾਰਾਕੋਟ, ਉੱਥੇ ਸੁਣਿਆ ਵੀ ਇੱਕ ਇੰਡੀਅਨ ਰੈਸਟੋਰੈਂਟ ਆ ਕਾਫੀ ਵਧੀਆ, ਉੱਥੇ ਅਸੀਂ ਜਾ ਰਹੇ ਹਾਂ ਅਤੇ ਵਧੀਆ ਲੱਗਾ ਤੁਹਾਨੂੰ ਵੀ ਦੱਸਾਂਗੇ ਅਤੇ ਜੁੜੇ ਰਹੋ। ਕੁਛ ਕੁ ਬਲੋਕ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਸਾਰਾ ਕੁਛ ਸਿਟੀ ਸੈਂਟਰ ਹੈ ਮਾਊਂਟ ਗੈਂਬੀਅਰ ਦਾ। ਹੁਣ ਅਸੀਂ ਸ਼ਹਿਰ ਤੋਂ ਬਾਹਰ ਨਿਕਲ ਰਹੇ ਹਾਂ ਅਗਲੇ ਸ਼ਹਿਰ ਵੱਲ ਜਿਹੜਾ ਕੀ ਆ ਨਾਰਾਕੋਟ, ਉਹ ਤਕਰੀਬਨ ਇੱਥੋਂ 102 ਕਿਲੋਮੀਟਰ ਹੈ, ਲਗਭਗ ਇੱਕ ਘੰਟਾ ਸਾਨੂੰ ਲੱਗਣਾ ਪਹੁੰਚਣ ਨੂੰ। ਹੌਲੀ ਹੌਲੀ ਬਾਹਰ ਜਾ ਰਹੇ ਹਾਂ। ਵੈਸੇ ਸ਼ਹਿਰ ਇੰਨਾ ਵੀ ਜ਼ਿਆਦਾ ਛੋਟਾ ਨਹੀਂ ਹੈਗਾ, ਸਾਰੀ ਫੈਸਿਲਿਟੀ ਹੈ ਇੱਥੇ, ਹਰ ਤਰੀਕਾ ਦੇ ਆਊਟਲੈਟਸ ਹੈਗੇ ਆ ਇੱਥੇ, ਮੈਕਡੋਨਲਡਸ, ਹੰਗਰੀ ਜੈਕਸ, KFC, ਸੰਬਰੈਰੋ ਅਤੇ ਹੋਰ ਜਿੰਨੇ ਵੀ ਕਈ ਬ੍ਰੈਂਡ ਆ ਜਿਹੜੇ ਤੁਹਾਨੂੰ ਸ਼ਹਿਰਾਂ 'ਚ ਮਿਲਦੇ ਆ ਸਾਰੇ ਬ੍ਰੈਂਡ ਇੱਥੇ ਹੈਗੇ ਆ ਆਲਮੋਸਟ, ਖਾਣ ਪੀਣ ਦੇ ਵੀ ਅਤੇ ਕੱਪੜਿਆਂ ਦੇ, ਬੈਂਕਾਂ, ਵਧੀਆ ਸਹੂਲਤ ਆ ਸਾਰੀ। ਇਸੇ ਕਰਕੇ ਕੁਛ ਲੋਕ ਜਿਹੜੇ ਇੱਧਰ ਨੂੰ ਮੂਵ ਵੀ ਹੋ ਰਹੇ ਅੱਜ ਕੱਲ੍ਹ, ਚਾਹੇ ਉਹ ਵੀਜ਼ਿਆਂ ਕਰਕੇ ਹੋਵੇ ਜਾਂ ਕੋਈ ਹੋਰ ਰੀਜ਼ਨ ਹੋਵੇ। ਬਹੁਤ ਸੋਹਣਾ ਸ਼ਹਿਰ ਆ। ਮਾਊਂਟ ਗੈਂਬੀਅਰ ਤੋਂ ਨਿਕਲੇ ਹੋਏ ਸਾਨੂੰ ਲਗਭਗ ਅੱਧਾ ਘੰਟਾ ਹੋ ਚੁੱਕਿਆ ਅਤੇ ਅੱਧਾ ਸਫ਼ਰ ਨਾਰਾਕੋਟ ਵੱਲ ਸਾਡਾ ਪੂਰਾ ਹੋ ਗਿਆ। ਲਗਭਗ ਅੱਧਾ ਘੰਟਾ ਹੋਰ ਲੱਗੇਗਾ ਪਹੁੰਚਣ ਲਈ, 43 ਕਿਲੋਮੀਟਰ ਦਾ ਸਫ਼ਰ ਪਿਆ। ਸੂਰਜ ਵੀ ਥੱਲੇ ਜਾਣਾ ਸ਼ੁਰੂ ਹੋ ਗਿਆ ਅਤੇ ਲਗਭਗ ਹਨੇਰਾ ਵੀ ਹੋਈ ਚੱਲਿਆ, ਤਾਂ 5:30 ਹੋ ਗਏ ਨੇ। ਲਗਭਗ 6 ਵਜੇ ਅਸੀਂ ਪਹੁੰਚ ਜਾ ਗਏ ਉੱਥੇ ਰੈਸਟੋਰੈਂਟ ਆ ਜਿਹੜਾ ਇੰਡੀਅਨ, ਖਾ ਪੀ ਕੇ ਅਤੇ ਫਿਰ ਉਸ ਤੋਂ ਬਾਅਦ ਵਾਪਸ ਐਡੀਲੇਡ ਸ਼ਹਿਰ ਨੂੰ ਚੱਲਾਂਗੇ। ਜਦੋਂ ਜ਼ਿਆਦਾ ਹਨੇਰਾ ਹੋ ਜਾਵੇ ਫਿਰ ਕੁਛ ਖਾਸ ਬਣਾਉਣ ਲਈ ਤਾਂ ਨਹੀਂ ਹੋਣਾ, ਫਿਰ ਵੀ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ। ਜਿਹੜੇ ਵੀ ਲੋਕ ਵਲੌਗ ਦੇਖ ਰਹੇ ਨੇ ਉਹਨਾਂ ਨੂੰ ਬੇਨਤੀ ਆ ਕਿ ਲਾਈਕ, ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰਨ, ਤਾਂ ਕਿ ਹੌਸਲਾ ਮਿਲਦਾ ਰਹੇ ਸਾਨੂੰ ਵੀ ਅਤੇ ਅਸੀਂ ਹੋਰ ਨਵੀਂ ਨਵੀਂ ਥਾਵਾਂ ਲੱਭ ਕੇ ਤੁਹਾਡੇ ਵਾਸਤੇ ਲਿਆ ਸਕੀਏ, ਤੁਹਾਨੂੰ ਦਿਖਾ ਸਕੀਏ। ਜੇ ਕੋਈ ਸੁਝਾਅ ਹੋਵੇ ਤੁਹਾਡਾ ਉਹ ਵੀ ਸਾਨੂੰ ਦੱਸਿਓ, ਜਾਂ ਕੋਈ ਥਾਂ ਜਿਹੜੀ ਇਹੋ ਜਿਹੀ ਆ ਤੁਹਾਨੂੰ ਲੱਗਦਾ ਵੀ ਵਿਜ਼ਿਟ ਕਰਨੀ ਚਾਹੀਦੀ ਆ ਉਹ ਥੱਲੇ ਕਮੈਂਟਾਂ 'ਚ ਦੱਸਿਓ, ਤਾਂ ਜੋ ਅਸੀਂ ਉੱਧਰ ਵੀ ਆਪਣਾ ਪੂਰੀ ਵਾਹ ਲਾ ਕੇ ਜਾਣਕਾਰੀ ਇਕੱਠੀ ਕਰਕੇ ਤੁਹਾਨੂੰ ਦੇ ਸਕੀਏ। ਧੰਨਵਾਦ ਜੀ, ਜੁੜੇ ਰਹੋ, ਮਿਲਦੇ ਹਾਂ। ਅਸੀਂ ਖੜ੍ਹੇ ਹਾਂ ਨਾਰਾਕੋਟ ਸ਼ਹਿਰ ਦੇ ਵਿੱਚ ਅਤੇ ਉੱਥੇ ਆ ਰੈਸਟੋਰੈਂਟ ਆ ਪਰਲ ਕੌਂਟੀਨੈਂਟਲ, ਇੰਡੀਅਨ ਰੈਸਟੋਰੈਂਟ ਆ ਅਤੇ ਇਹ ਸਾਨੂੰ ਸੁਜੈਸਟ ਕੀਤਾ ਗਿਆ ਸੀ ਕਿਸੇ ਵੱਲੋਂ, ਕਹਿੰਦੇ ਬਹੁਤ ਵਧੀਆ ਆ। ਚਲੋ ਇਹਦਾ ਖਾਣਾ ਖਾ ਕੇ ਦੇਖਦੇ ਹਾਂ। ਸਮਾਨ ਦੇਖੋ ਉੱਧਰ ਕਿਵੇਂ ਗੁਲਾਬੀ ਹੋਇਆ ਫਿਰਦਾ, ਛੋਟਾ ਜਿਹਾ ਸ਼ਹਿਰ ਆ ਅਤੇ ਉਹਦਾ ਛੋਟਾ ਜਿਹਾ ਸਿਟੀ ਸੈਂਟਰ ਹੈ, ਦੇਖਦੇ ਬਾਕੀ ਜਾ ਕੇ। ਇਸ ਰੈਸਟੋਰੈਂਟ ਤੋਂ ਖਾ ਕੇ ਨਿਕਲੇ ਹਾਂ ਪਰਲ ਕੌਂਟੀਨੈਂਟਲ, ਸੋਹਣਾ ਫੂਡ ਸੀਗਾ ਔਰ ਕਾਫੀ ਵਧੀਆ ਸੀਗਾ। ਅਤੇ ਜੇ ਤੁਸੀਂ ਮਾਊਂਟ ਗੈਂਬੀਅਰ ਤੋਂ ਐਡੀਲੇਡ ਵੱਲ ਆ ਰਹੇ ਹੋ ਜਾਂ ਨਾਰਾਕੋਟ ਸ਼ਹਿਰ ਦੇ ਵਿੱਚ ਕੇਵਸ ਵਗੈਰਾ ਦੇਖਣ ਆ ਰਹੇ ਹੋ ਤਾਂ ਇਹ ਰੈਸਟੋਰੈਂਟ ਜਿਹੜਾ ਤੁਸੀਂ ਆ ਸਕਦੇ ਹਾਂ ਇੱਥੇ ਪਰਲ ਕੌਂਟੀਨੈਂਟਲ। ਇੰਡੀਅਨ ਖਾਣਾ ਵਧੀਆ ਮਿਲਦਾ ਇੱਥੇ, ਲੋਕੇਸ਼ਨ ਅਤੇ ਜਗ੍ਹਾ ਉਹਦੇ ਹਿਸਾਬ ਨਾਲ, ਸਵਾਦ ਦੇ ਹਿਸਾਬ ਨਾਲ ਜਗ੍ਹਾ ਬਹੁਤ ਵਧੀਆ, ਆਉਣਾ ਚਾਹੀਦਾ ਤੁਹਾਨੂੰ ਇੱਥੇ। ਲਗਭਗ 2 ਦਿਨਾਂ ਦੇ ਵਿੱਚ 2180 ਕਿਲੋਮੀਟਰ ਗੱਡੀ ਜਿਹੜੀ ਉਹ ਚੱਲ ਗਈ ਆ ਅਤੇ ਅੱਜ ਅਸੀਂ ਲਗਭਗ 17-18 ਘੰਟੇ ਡਰਾਈਵ ਕੀਤੀ ਆ, ਸਵੇਰੇ 5 ਵਜੇ ਤੋਂ ਲੈ ਕੇ ਹੁਣ ਲਗਭਗ 10:30 ਹੋ ਚੱਲਿਆ ਇੱਥੇ, ਹੁਣ ਜਾ ਕੇ ਘਰ ਪਹੁੰਚਿਆ ਮੈਂ। ਵਧੀਆ ਸਫ਼ਰ ਰਿਹਾ ਸਾਰਾ। ਪੂਰਾ ਸਫ਼ਰ ਹੁਣ ਅਸੀਂ ਇਹਨੂੰ ਇੱਥੇ ਖਤਮ ਕਰਦੇ ਹਾਂ। ਉਮੀਦ ਆ ਤੁਹਾਨੂੰ ਇਹ ਵਲੌਗ ਪਸੰਦ ਆਉਣਗੇ, ਜੇ ਪਸੰਦ ਆਉਂਦੇ ਆ ਤਾਂ ਚੈਨਲ ਨੂੰ ਲਾਈਕ ਜ਼ਰੂਰ ਕਰ ਦਿਓ, ਸਬਸਕ੍ਰਾਈਬ ਕਰ ਦਿਓ ਅਤੇ ਸ਼ੇਅਰ ਵੀ ਕਰ ਦਿਓ। ਧੰਨਵਾਦ ਜੀ ਤੁਹਾਡਾ, ਸਤਿ ਸ਼੍ਰੀ ਅਕਾਲ।